ਸਤਿਗੁਰ ਜੀ ਤੁਸੀਂ ਜੁੜੇ ਹੋਏ ਹੋ ਲਾਈਵ ਭਾਰਤ ਤੇ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਸਰੰਗਲ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ 15 ਅਗਸਤ ਤੇ ਸਾਰੇ ਦੇਸ਼ ਵਿੱਚ ਪੁਲਿਸ ਵੱਲੋਂ ਪੂਰੀ ਸਖਤੀ ਕੀਤੀ ਗਈ ਤਾਂ ਜੋ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰ ਸਕੇ ਪਰ ਫਤਿਹਗੜ ਚੂੜੀਆਂਵਾਲ ਜੇ ਝਾਤੀ ਮਾਰੀ ਜਾਏ ਤੇ ਇੱਥੇ ਇਹ ਦੇਖਣ ਨੂੰ ਮਿਲਿਆ ਹੈ ਕਿ ਫਤਿਹਗੜ ਚੂੜੀਆਂ ਚ 15 ਅਗਸਤ ਤੇ ਦੋ ਜਗ੍ਹਾ ਤੇ ਚੋਰਾਂ ਵੱਲੋਂ ਵੱਡੇ ਕਾਰਨਾਮੇ ਕਰ ਵਿਖਾਏ ਜਿੱਥੇ ਕਿਤੇ ਨਾ ਕਿਤੇ ਪੁਲਿਸ ਉੱਤੇ ਵੱਖ-ਵੱਖ ਜਿਹੜਾ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਕਿ ਪੁਲਿਸ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਚੋਰਾਂ ਦੇ ਹੌਸਲੇ ਦਿਨ-ਬਦ ਦਿਨ ਵਧਦੇ ਜਾ ਰਹੇ ਹੁਣ ਆਪਾਂ ਪਹੁੰਚੇ ਆ ਇਸ ਵੇਲੇ ਵਾਰਡ ਨੰਬਰ 4 ਵਿੱਚ ਜਿੱਥੇ ਕੱਲ ਦੁਪਹਿਰ 2 ਵਜੇ ਦੇ ਕਰੀਬ ਇੱਕ ਘਰ ਵਿੱਚ ਚੋਰਾਂ ਵੱਲੋਂ ਗੇਟ ਟੱਪ ਕੇ ਲੋਬੀ ਦਾ ਦਰਵਾਜ਼ਾ ਤੋੜ ਕੇ ਗੋਦਰੇਜ ਦੀ ਅਲਮਾਰੀ ਦਾ ਲੋਕੜ ਤੋੜ ਕੇ ਉਹਦੇ ਵਿੱਚੋਂ 10000 ਰੁਪਇਆ ਤੇ ਕੁਝ ਸੋਨੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੱਢ ਕੇ ਉੱਥੋਂ ਰਫੂ ਚੱਕਰ ਹੋ ਗਏ ਇਸ ਸਬੰਧੀ ਆਪਾਂ ਅੱਜ ਪਹੁੰਚੇ ਹਾਂ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਕੋਲ ਜਾਣਕਾਰੀ ਲਵਾਂਗੇ ਕਿ ਇਹ ਸਾਰਾ ਮਾਮਲਾ ਕੀ ਹੈ ਕੀ ਇਹ ਕਹਿਣਾ ਚਾਹੁੰਦੇ ਹਨ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਸੁਖਜਿੰਦਰ ਸਿੰਘ ਉਹਨਾਂ ਨਾਲ ਜਿਨ੍ਹਾਂ ਦੇ ਗ੍ਰਹਿ ਵਿਖੇ ਇਹ ਜਿਹੜੀ ਚੋਰੀ ਹੋਈ ਹੈ ਦੱਸੋ ਭਾਈ ਸਾਹਿਬ ਕੀ ਹੈ ਸਾਰਾ ਮਾਮਲਾ ਕਿੱਦਾਂ ਚੋਰੀ ਹੋਈ ਹੈ ਇਸ ਸਬੰਧੀ ਦੱਸੋ ਵੇਖ ਜੀ ਮੈਂ ਕੱਲ ਆਪਣੇ ਦੁਕਾਨ ਤੇ ਸੀ ਆਪਣਾ ਕੰਮ ਕਰਨ ਵਾਸਤੇ ਗਿਆ ਸੀ ਤੇ ਘਰ ਮੇਰੇ ਘਰ ਦੇ ਤੇ ਮੇਰੇ ਬੇਟੀ ਤੇ ਬੇਟਾ ਸੀ ਬੇਟੀ ਥੋੜੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹਦੇ ਮੰਮੀ ਉਹਦੇ ਨਾਲ ਲੈ ਕੇ ਦਵਾਈ ਲੈਣ ਗਏ ਸੀ ਜੇ ਤੱਕ ਮਤਲਬ 1.5 ਦਾ ਟਾਈਮ ਹੋਣ ਕਰਕੇ ਉਹ ਜਿਹਨੇ ਦਵਾਈ ਲੈਣ ਗਏ ਸੀ ਤੇ ਉਹ ਘਰ ਦੇ ਪਿੱਛੋਂ ਮਤਲਬ ਕੋਈ ਚੋਰ ਸਾਡੇ ਘਰ ਦਾ 게ਟ ਟੱਪ ਕੇ ਤੇ ਲੌਬੀ ਦਾ ਬੂਹਾ ਤੋੜ ਜਿੰਦਰਾ ਤੋੜ ਕੇ ਸਾਡੇ ਗੋਦਰੇ ਦੀ ਲਮਾਰੀ ਦੇ ਵਿੱਚ ਤੋੜ ਲਾ ਕੇ ਸਾਰੇ ਤੋੜ ਕੇ ਉਹਦੇ ਚੋਂ ਮੇਰੇ ਸੋਨੇ ਦੇ ਆ ਚਾਰ ਮੁੰਦਰੀਆਂ ਇੱਕ ਵਾਲੀਆਂ ਇੱਕ ਕਾਂਟਿਆਂ ਦਾ ਸੈੱਟ ਜਿਹੜਾ ਸੀ ਉਹ ਲੈ ਕੇ 10000 ਰੁਪਏ ਮੇਰਾ ਨਕਦ ਪਿਆ ਸੀ ਉਹ ਵੀ ਮੇਰੇ ਲੈ ਗਏ ਨੇ ਇਸ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਹਾਂਜੀ ਇਸ ਪ੍ਰਤੀ ਮੈਂ ਸੂਚਿਤ ਆਪਣਾ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਹੈ ਤੇ ਉਹ ਪੁਲਿਸ ਵਾਲੇ ਸਾਡੇ ਇੱਥੇ ਆਏ ਵੀ ਸੀ ਤੇ ਹੋ ਕੇ ਚਲੇ ਗਏ ਕੀ ਉਹਨਾਂ ਨੇ ਇਸ ਮਾਮਲੇ ਵਿੱਚ ਪਰਚਾ ਦਰਜ ਕਰ ਦਿੱਤਾ ਕਿ ਨਹੀਂ ਕੀਤਾ ਉਹਨਾਂ ਨੇ ਸਾਡੇ ਕੋਲ ਕੰਪਲੀਟ ਲੈ ਲਈ ਹੈ ਪਰਚਾ ਤੇ ਪਤਾ ਨਹੀਂ ਸਾਨੂੰ ਕੀ ਹੋਇਆ ਤੇ ਕੀ ਨਹੀਂ ਪਰ ਸਾਡੇ ਕੋਲ ਨਾ ਜਿਹੜੀ ਅਸੀਂ ਆਪਣੇ ਵੱਲੋਂ ਕੰਪਲੀਟ ਦੇ ਆਏ ਆ ਉੱਤੇ ਲਿਖ ਕੇ ਦੇ ਆਏ ਆ ਕਿ ਆਪਣੀ ਸ਼ਿਕਾਇਤ ਜਿਹੜੀ ਹੈ ਜੋ ਸਾਡਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਲਿਖ ਕੇ ਦੇ ਆਏ ਆ ਇਸ ਸਬੰਧੀ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਦੱਸੋ ਇਹਦੇ ਬਾਰੇ ਕੀ ਗੱਲ ਕਰਨੀ ਚਾਹੀਦੀ ਨਹੀਂ ਅਸੀਂ ਤੇ ਹੁਣ ਇਹੋ ਚਾਹੁੰਦੇ ਆ ਕਿ ਜਲਦ ਤੋਂ ਜਲਦ ਪ੍ਰਸ਼ਾਸਨ ਉਸ ਚੋਰਾਂ ਨੂੰ ਫੜੇ ਤੇ ਜਿਹੜਾ ਸਾਡਾ ਮਾਲ ਹੈ ਜਿਹੜਾ ਸਾਡਾ ਨੁਕਸਾਨ ਹੋ ਚੁੱਕਿਆ ਉਸ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਏ ਸਨ ਸਰਦਾਰ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਸੇ ਜਾਣਕਾਰੀ ਦਿੱਤੀ ਕਿ ਇਹਨਾਂ ਦੇ ਗ੍ਰਹਿ ਵੇਖੇ ਕਿਸ ਤਰ੍ਹਾਂ ਚੋਰੀ ਹੋਈ ਕਿਸ ਤਰ੍ਹਾਂ ਇਹ ਵਾਰਦਾਤ ਕੀਤੀ ਗਈ ਚੋਰਾਂ ਵੱਲੋਂ ਇਹਨਾਂ ਕਿਹਾ ਕਿ ਥਾਣਾ ਫਤੇਗੜ ਚੋਰੀਆਂ ਵਿਖੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ ਮੌਕਾ ਪੁਲਿਸ ਵੇਖ ਵੀ ਗਈ ਹੈ ਪਰ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਪਰਚਾ ਦਰਜ ਹੋਇਆ ਜਾਂ ਨਹੀਂ ਹੋਇਆ ਹੁਣ ਦੇਖਣਾ ਇਹ ਹੈ ਕਿ ਜਿਹੜਾ 15 ਅਗਸਤ ਵਾਲੇ ਦਿਨ ਚੋਰਾਂ ਵੱਲੋਂ ਐਡੇ ਵੱਡੇ ਹੌਸਲਾ ਕਰਕੇ ਦੋ ਕਾਰਨਾਮੇ ਸ਼ਹਿਰ ਵਿੱਚ ਕਰਮਖਾਏ ਆ ਇਸ ਤੋਂ ਪਹਿਲਾਂ ਇਹ ਵੀ ਪਤਾ ਲੱਗਾ ਕਿ ਪੁਰਾਣੇ বাস ਸਟੈਂਡ ਦੇ ਨੇੜੇ ਕਿਸੇ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਪਰ ਜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਇੰਨਾ ਇੰਨੇ ਵੱਡੇ ਹੌਸਲੇ ਕਰਦੇ ਹੋਏ ਚੋਰ ਕਰਨਗੇ ਤਾਂ ਆਮ ਜਨਤਾ ਦਾ ਕੀ ਹਾਲ ਹੋਏਗਾ ਇਹ ਤਾਂ ਸਹਜੇਂ ਦਾ ਲੱਗਦਾ ਫੇਲ ਦੀ ਹਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਪੁਲਿਸ ਅੱਗੇ ਕੀ ਕਰਦੀ ਆ ਜਾਂ ਨਹੀਂ ਕਰਦੀ ये तो होने वाला समय ही दसेगा मैं पलविंदर सिंह सरंगल मेरे सहयोगी साथी डॉक्टर विक्रम जी से लाइव वार्ता फादर चूड़ी मेडिकॉम आयुर्वेदिक सेंटर यहाँ पर आपको मिलेगा अपनी हर मुश्किल का हल जैसे कि मर्दाना कमजोरी औरतों और मर्दों के गुप्त रोग बेऔलाद फालतू चर्बी और बड़ा हुआ पेट घटाएं बवासीर यहां पर मिलेंगी हर प्रकार की आयुर्वेदिक दवाइयां मेडिकॉम आयुर्वेदिक सेंटर दीप कॉम्प्लेक्स ऑपोजिट द्वाबा ऑटो कचहरी रोड अमृतसर रोजाना मिले सुबह ११ से शाम ६ बजे तक फोन नंबर ९५९२२४२६७३